ਸੂਬੇ ਵਿੱਚ ਲਗਾਤਾਰ 1 ਮਹੀਨੇ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਠੰਡ ਅਤੇ ਕੋਹਰੇ ਦੇ ਨਾਲ ਹੁਣ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ, ਜਿਸ ਦੇ ਨਾਲ ਹੁਣ ਸਬਜ਼ੀ ਦੇ ਰੇਟਾਂ ਵਿੱਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਤੇ ਲੋਕ ਵੀ ਸਬਜ਼ੀ ਦੇ ਰੇਟ ਸੁਣ ਕੇ ਕਾਫੀ ਹੈਰਾਨ ਰਹਿ ਜਾਂਦੇ ਨੇ। ਨਾਭਾ ਦੀ ਸਬਜ਼ੀ ਮੰਡੀ ਦੇ ਵਿੱਚ ਜੋ ਗੋਭੀ ਪਹਿਲਾਂ 10 ਰੁਪਏ ਕਿਲੋ ਵਿਕ ਰਹੀ ਸੀ, ਹੁਣ ਉਹ 40 ਰੁਪਏ ਦੀ ਵਿਕ ਰਹੀ ਹੈ। ਜੋ ਪਹਿਲਾਂ ਟਮਾਟਰ 20 ਰੁਪਏ ਕਿਲੋ ਸੀ ਤੇ ਹੁਣ ਉਹ 50 ਰੁਪਏ ਕਿਲੋ ਦੇ ਭਾਅ ਨਾਲ ਵੇਚੇ ਜਾ ਰਹੇ ਨੇ ਤੇ ਮਟਰ ਜਿਹੜਾ ਪਹਿਲਾਂ 20 ਰੁਪਏ ਕਿਲੋ ਸੀ ਉਹ ਹੁਣ 60 ਰੁਪਏ ਕਿਲੋ ਵਿਕ ਰਿਹਾ ਹੈ। ਤੇ ਜੋ ਸਬਜ਼ੀ ਵਿਕਰੇਤਾ ਸਬਜ਼ੀ ਦੇ ਨਾਲ ਜੋ ਫ੍ਰੀ ਧਨੀਆ ਦਿੰਦਾ ਸੀ, ਹੁਣ ਉਹ ਧਨੀਆ 200 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਤਾਂ ਸਾਰੀ ਸਬਜ਼ੀਆਂ ਦੇ ਰੇਟ ਹੁਣ 3 ਗੁਣਾ ਵਧਣ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਰਹਿੰਦੇ ਨੇ। ਦੂਜੇ ਪਾਸੇ ਕਿਸਾਨ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਇਸ ਮੌਕੇ ਸਬਜ਼ੀ ਲੈਣ ਆਏ ਗਾਹਕਾਂ ਨੇ ਕਿਹਾ ਕਿ ਦਿਨੋ ਦਿਨ ਸਬਜ਼ੀਆਂ ਦੇ ਰੇਟ ਵੱਧਦੇ ਜਾ ਰਹੇ ਨੇ, ਜਿਸ ਕਰਕੇ ਸਾਡੀ ਜੇਬ ਤੇ ਕਾਫੀ ਅਸਰ ਪੈ ਰਿਹਾ ਹੈ, ਕਿਉਂਕਿ ਦਿਨੋ ਦਿਨ ਠੰਡ ਅਤੇ ਕੋਹਰੇ ਕਾਰਨ ਸਬਜ਼ੀਆਂ ਦੇ ਵਿੱਚ 3 ਗੁਣਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਸੋ ਸਰਕਾਰ ਨੂੰ ਚਾਹੀਦਾ ਕਿ ਆਮ ਲੋਕਾਂ ਵੱਲ ਹੋਰ ਧਿਆਨ ਦਿੱਤਾ ਜਾਵੇ ਤਾਂ ਜੋ ਆਸਾਨੀ ਦੇ ਨਾਲ ਸਬਜ਼ੀਆਂ ਖਰੀਦੀਆਂ ਜਾ ਸਕਣ, ਕਿਉਂਕਿ ਇਹ ਜਿਹੜਾ ਸਬਜ਼ੀ ਤੁੜਾਉਣ ਦੇ ਵਿੱਚ ਇਹਨਾਂ ਨੂੰ ਲੇਬਰ ਦੀ ਵੀ ਦਿੱਕਤ ਹੈ ਅਤੇ ਸਬਜ਼ੀ ਜਿਹੜੀ ਦੁੱਗਣੇ ਤਿੱਗਣੇ ਭਾਅ 'ਤੇ ਹੋ ਗਈ। ਕੱਲ੍ਹ ਜਦੋਂ ਜਾਂ ਪਰਸੋਂ ਲੈ ਕੇ ਗਏ ਸੀ ਸਬਜ਼ੀ ਜਿਹੜੀ ਲਾ ਲਓ 30 ਰੁਪਏ, ਦੂਜੇ ਦਿਨ ਤੀਸਰੇ ਦਿਨ ਆ ਕੇ ਦੇਖਦੇ ਹਾਂ ਉਹੀ ਸਬਜ਼ੀ 60-70 ਰੁਪਏ। ਅਸੀਂ ਤਾਂ ਦੁਕਾਨਦਾਰਾਂ ਨਾਲ ਲੜਦੇ ਹਾਂ, ਯਾਰ ਤੁਸੀਂ ਇੰਨਾ ਮਹਿੰਗਾ ਰੇਟ ਦਿਓ, ਪਰ ਕਹਿੰਦੇ ਸਾਡੀ ਬੇਵਸੀ ਹੈ। ਪਰ ਇਹਦੇ ਲਈ ਸਰਕਾਰ ਨੂੰ ਅਸੀਂ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਇਹਨਾਂ ਦੇ ਨਾਲ ਕੁਛ ਮਦਦ ਕਰਨੀ ਚਾਹੀਦੀ, ਸਹਾਇਤਾ ਕਰਨੀ ਚਾਹੀਦੀ, ਤੋ ਪਬਲਿਕ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਮੱਦੇਨਜ਼ਰ ਇਹ ਤਾਂ ਕਿ ਰੇਟ ਨਾ ਵਧਣ, ਕੋਈ ਨਾ ਕੋਈ ਇਹਦੀ ਸਹੂਲਤ ਦੇਣੀ ਚਾਹੀਦੀ ਹੈ। ਹਾਂ ਬਿਲਕੁਲ, ਕੋਈ ਭਾਅ ਫਿਕਸ ਹੋਣੇ, ਦੁਕਾਨਦਾਰਾਂ ਨਾਲ ਅਸੀਂ ਲੜਦੇ ਹਾਂ, ਇਹ ਕਹਿੰਦੇ ਸਾਡੀ ਬੇਵਸੀ ਹੈ ਵੀ ਤਾਂ ਪਿੱਛੋਂ ਜਦੋਂ ਸਬਜ਼ੀ ਨਹੀਂ ਮਿਲਦੀ ਜਾਂ ਘੱਟ ਹੈ ਜਾਂ ਬਾਹਰੋਂ ਦੂਰ ਆਉਂਦੀ ਹੈ ਉਹਦਾ ਖਰਚਾ ਪੈ ਜਾਂਦਾ ਅਤੇ ਬੜੀ ਪ੍ਰੋਬਲਮ ਆਉਂਦੀ ਹੈ। 15-20 ਦਿਨ ਤੋਂ ਲਗਾਤਾਰ ਕੋਹਰਾ ਪੈ ਰਿਹਾ, ਉਹਦੇ ਨਾਲ ਵੀ ਸਬਜ਼ੀ? ਹਾਂ ਨਹੀਂ, ਉਹਦੇ ਨਾਲ ਇੱਕ ਤਾਂ ਲੇਬਰ ਨਹੀਂ ਮਿਲਦੀ, ਜਿਵੇਂ ਠੰਡ ਕਰਕੇ ਲੇਬਰ ਨਾ ਮਿਲਣ ਕਰਕੇ ਸਬਜ਼ੀ ਦੀ ਤੁੜਾਈ ਨਹੀਂ ਹੋ ਰਹੀ, ਤੋ ਸਬਜ਼ੀ ਘੱਟ ਆਉਣ ਕਰਕੇ ਉਹਦਾ ਰੇਟ ਵੱਧ ਰਿਹਾ। ਤੁਸੀਂ ਪਹਿਲਾਂ ਸਬਜ਼ੀ ਲੈ ਕੇ ਜਾਂਦੇ ਸੀ ਤੇ ਹੁਣ ਤੇ ਪਹਿਲਾਂ ਮੈਂ ਕਿਹਾ ਤਿੱਗਣਾ ਰੇਟ ਹੋ ਗਿਆ ਜੀ। ਮਤਲਬ ਤੁਸੀਂ ਲਾ ਲਓ ਜਿਹੜੀ ਸਬਜ਼ੀ ਤੁਸੀਂ 10-15 ਰੁਪਏ ਸੀ, ਅੱਜ ਉਹੀ 40 ਰੁਪਏ 50 ਰੁਪਏ, ਤੇ ਹਰ ਚੀਜ਼ ਦੁੱਗਣੇ ਤਿੱਗਣੇ ਭਾਅ 'ਤੇ ਹੈ। ਜਿਹੜੇ ਮੀਡੀਅਮ ਲੋਕ ਨੇ ਉਹਨਾਂ ਦਾ ਸਾਰਾ ਜਿਵੇਂ ਰਸੋਈ ਦਾ ਸਾਰਾ ਬਜਟ ਅਪਸੈਟ ਹੋ ਜਾਂਦਾ ਬਿਲਕੁਲ ਜੀ। ਇੱਕ ਚੀਜ਼ ਜਿਹੜੀ ਤੁਸੀਂ 100 ਰੁਪਏ 'ਚ ਖਰੀਦ ਲਓਗੇ ਉਹੀ ਚੀਜ਼ ਤੁਸੀਂ 300 ਰੁਪਏ 'ਚ ਖਰੀਦ ਰਹੇ ਹੋ ਤਾਂ ਬੜੀ ਦਿੱਕਤ ਆਉਂਦੀ ਹੈ। ਸਿੰਘ ਜੀ, ਤੁਸੀਂ ਸਬਜ਼ੀ ਲੈਣੇ ਹੋ, ਕਿੰਨਾ ਕੁ ਫਰਕ ਪੈ ਰਿਹਾ ਜਿਹੜਾ ਕੋਹਰਾ ਤੇ ਧੁੰਦ ਲਗਾਤਾਰ ਪੈ ਰਹੀ ਹੈ? ਬਹੁਤ ਪੈ ਗਿਆ ਜੀ, ਬਹੁਤ ਖਤਮ ਕਰਤੀ ਉਹਦਾ, ਕਿਉਂਕਿ ਤੇਜ਼ੀ ਹੋ ਗਈ ਸਬਜ਼ੀਆਂ ਦੀ, ਬਹੁਤ ਤੇਜ਼ੀ ਆਈ ਜਾਂਦੀ ਦਿਨ ਪਰ ਬਹੁਤ ਫਰਕ ਦੁੱਗਣਾ ਹੀ ਪੈ ਗਿਆ ਵੀਰ ਜੀ। ਹਾਂ, ਡੂਡਾ ਫਰਕ ਪਈ ਜਾਂਦਾ, ਸਬਜ਼ੀ ਕੋਹਰੇ ਨੇ ਖਤਮ ਕਰਤੀ ਠੰਡ ਨੇ। ਜਿਵੇਂ ਪਹਿਲਾਂ ਗੋਭੀ 10 ਰੁਪਏ ਦੀ, ਹੁਣ ਕਿੰਨੇ ਰੁਪਏ ਵਿਕ ਰਹੀ ਹੈ? ਹੁਣ ਤਾਂ 25-30 ਰੁਪਏ ਮਿਲਦੀ ਹੈ ਜੀ, ਮਟਰ 50 ਰੁਪਏ ਮਿਲ ਰਿਹਾ ਹੈ। ਅੱਛਾ, ਹਾਂ ਹੁਣ ਗਾਜਰ ਦੀ 10 ਦੀ, ਇਹ ਵੀ ਡਬਲ ਹੋ ਗਈ, ਇਹ 20 ਮਿਲ ਰਹੀ ਹੈ। ਅੱਛਾ, ਮਟਰ ਹੁਣ ਪਹਿਲਾਂ 20 ਮਿਲਦਾ ਤੇ 25, ਹੁਣ 50 ਮਿਲਿਆ। ਅੱਛਾ, ਡਬਲ ਹੋ ਗਿਆ ਜੀ ਬਸ ਸਾਰੇ ਖਰਚ। ਖਰਚ ਜਿਹੜੇ ਜੇਬ ਤੇ ਵੀ ਜਿਹੜਾ ਹੈਗਾ ਭਾਰ ਪੈ ਰਿਹਾ? ਹਾਂ ਜੀ, ਪੈਣੀ ਹੈ ਜੀ, ਉਹ ਤਾਂ ਭਾਰ ਜਿਹੜਾ ਹੁਣ ਡਬਲ ਹੋ ਗਿਆ ਜੀ। ਹੁਣ ਸਬਜ਼ੀ ਤਾਂ ਖਰੀਦਣੀ ਹੈ ਜੀ, ਖਾਣੀ ਹੈ ਉਹ ਤਾਂ ਹੁਣ ਖਾਦੇ ਹੋਗੇ, ਸਰਦਾ ਨਹੀਂ ਹੈਗਾ। ਜੇ ਠੰਡ ਵੱਧਦੀ ਰਹੀ ਫਿਰ ਹੋਰ ਵੀ ਵਾਧਾ ਹੋ ਸਕਦਾ ਜੀ, ਵਧੂਗਾ ਜੀ, ਹਾਂ ਅਸਰ ਪਊਗਾ ਜੀ ਫਿਰ ਤਾਂ। ਕਿਸੇ ਹੁਣ ਸਬਜ਼ੀ ਹੋ ਨਹੀਂ ਰਹੀ ਜੀ, ਉਹਦੇ ਕਰਕੇ ਖਰਚੇ ਵੱਧ ਗਏ ਜੀ ਇਹਤੇ ਸਬਜ਼ੀ 'ਤੇ। ਮਤਲਬ ਜਦ ਪੈਦਾਵਾਰ ਘਟੀ ਜਾਂਦੀ ਹੈ ਜੀ, ਪੂਰੇ ਮਹਿੰਗਾਈ ਹੋਈ ਜਾਂਦੀ ਹੈ ਜੀ ਇਹਤੇ ਹੋਈ ਜੀ। ਉਹਦਾ ਸਾਰਿਆਂ ਨੂੰ ਵੱਡਾ ਕਾਰਨ ਉਹੀ ਹੈ ਜੀ, ਜਿਹੜਾ ਬਾਰਿਸ਼ ਨਹੀਂ ਪਈ ਹੈਗੀ ਉਹਦੇ ਕਰਕੇ ਮੈਨੂੰ ਉੱਠੀ ਸਬਜ਼ੀ ਗੱਲ, ਸਾਰਿਆਂ ਨੂੰ ਵੱਡਾ ਕਾਰਨ ਬਾਰਿਸ਼ ਦਾ ਹੀ ਹੈ ਜੀ। ਬਾਰਿਸ਼ ਹੁਣ ਵੀ ਬਾਰਿਸ਼ ਹੋ ਜਾਏ ਜੀ, ਉਹਦੇ ਨਾਲ ਬਹੁਤ ਫਰਕ ਪੈ ਜੂ, ਔਰ ਠੰਡ ਦਾ ਵੀ ਪੈ ਜੂਗਾ ਜੀ, ਸਬਜ਼ੀ ਅਸਰ ਫਸਲ ਹੋਣ ਵੀ ਲੱਗ ਜੂ ਜੀ। ਕੋਈ ਫਸਲ ਲਾ ਲਓ, ਜੇ ਆਪਾਂ ਸਬਜ਼ੀਆਂ ਲਾ ਲਓ, ਦੂਜੀ ਫਸਲ ਲਾ ਲਓ, ਕਣਕ ਸਭ ਉਹਦੇ ਕਰਕੇ ਰੁਕੇ ਖੜੀ ਹੈ ਜੀ ਫਸਲ। ਕੋਹਰਾ ਵੀਰ ਜੀ ਖਤਮ ਕਰਦਾ ਹੁਣ, ਕੋਹਰਾ ਉੱਤੇ ਲਾ ਲਓ ਉੱਠ ਨਹੀਂ ਰਹੀ ਹੈਗੀ ਕੋਈ ਵੀ ਸਬਜ਼ੀ ਹੈ, ਕੋਈ ਹਰਾ ਕੋਈ ਸਮਝ ਕਣਕ ਲਾ ਲਓ, ਕੋਈ ਵੀ ਲਾ ਲਓ ਆਪਣੇ ਖਾਣ ਵਾਲੀਆਂ ਸਬਜ਼ੀਆਂ,
ਮੰਨ ਲਓ ਗੱਲ ਜਿਹੜੀ ਹੋ ਗਈ, ਦੁਬਾਰੇ ਤਾਂ ਹੋ ਹੀ ਨਹੀਂ ਰਹੀ, ਦੁਬਾਰੇ ਹੁਣ ਹੋ ਨਹੀਂ ਰਹੀ, ਇੱਕੋ ਦਿਨੋਂ ਪਰ ਦਿਨ ਜਿੱਥੇ ਉਹ ਖੜੀ ਹੈ ਉੱਥੇ ਹੀ ਖੜੀ ਹੈ, ਗਰੋਥ ਨਹੀਂ ਕਰ ਰਹੀ। ਆਹ ਚੀਜ਼ ਹੈ, ਜਿਉਂ ਜਿਉਂ ਫਸਲ ਨੂੰ ਧੁੱਪ ਲੱਗੂ ਤਾਂ ਫਸਲ ਨੇ ਉੱਠਣਾ। ਸਬਜ਼ੀਆਂ ਵਾਸਤੇ ਠੰਡ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ, ਸਾਡੇ ਜੁਗਨੀ ਪੇਠਾ ਲਾਇਆ ਹੋਇਆ ਸੀ, ਕਾਫੀ ਨੁਕਸਾਨ ਠੰਡ ਨੇ ਕੀਤਾ ਹੈ। ਲੰਮਾ ਚਿਰ ਤਕਰੀਬਨ ਫਤਿਹਗੜ੍ਹ ਸਾਹਿਬ ਦੀ ਸਭਾ ਤੋਂ ਲੈ ਕੇ ਹੁਣ ਤੱਕ ਇੱਕ ਮਹੀਨਾ ਹੋ ਗਿਆ ਜੋ ਇਹ ਧੁੰਦ ਪੈ ਰਹੀ ਹੈ, ਧੁੱਪ ਨਾ ਨਿਕਲਣ ਕਰਕੇ, ਅਤੇ ਤਰਬੂਜ ਦੀ ਪਨੀਰੀ ਵੀ ਬੀਜੀ ਹੋਈ ਹੈ ਉਹ ਵੀ ਕੋਈ ਪ੍ਰੋਪਰ ਸਹੀ ਨਹੀਂ ਹੋ ਰਹੀ, ਠੰਡ ਦਾ ਜ਼ਿਆਦਾ ਪ੍ਰਕੋਪ ਹੋਣ ਕਰਕੇ ਸਬਜ਼ੀਆਂ 'ਤੇ ਬਹੁਤ ਮਾੜਾ ਅਸਰ, ਇਸ ਕਰਕੇ ਸਬਜ਼ੀਆਂ ਦੇ ਰੇਟ ਵੀ ਅੱਪ ਹੋ ਚੁੱਕੇ ਹਨ। ਸਹੀ ਸਰਕਾਰਾਂ ਤੋਂ ਇਹੀ ਮੰਗ ਹੈ ਵੀ ਸਮੇਂ ਸਮੇਂ ਸਿਰ ਕਿਸਾਨਾਂ ਦੀ ਭਾਈ ਬਾਂਹ ਫੜੀ ਜਾਵੇ, ਜੋ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ। ਕਾਫੀ ਲੌਸ ਹੋ ਰਿਹਾ ਹੈ ਕਿਸਾਨਾਂ ਦਾ, ਜੋ ਕਿ ਇਹ ਆਪਾਂ ਸਬਜ਼ੀਆਂ ਲੋਅ ਟਨਲ ਵਿੱਚ ਲਾਉਂਦੇ ਹਾਂ, ਤਰਬੂਜ ਲੱਗਿਆ ਹੈ, ਸ਼ਿਮਲਾ ਮਿਰਚ ਲੱਗੀ ਹੋਈ ਹੈ ਅਤੇ ਪਨੀਰੀਆਂ ਵਗੈਰਾ ਬੀਜੀਆਂ ਹੋਈਆਂ ਹਨ, ਇਹ ਸਭ ਹੀ ਜ਼ਿਆਦਾ ਪ੍ਰਭਾਵਿਤ ਨੇ। ਬਗੈਰ ਕਣਕਾਂ ਤੋਂ, ਕਣਕਾਂ ਵਾਸਤੇ ਇਹ ਲਾਹੇਵੰਦ ਹੈ ਭਾਈ, ਆਲੂਆਂ ਵਾਸਤੇ ਵੀ ਲਾਹੇਵੰਦ ਧੁੰਦ ਹੈ, ਪਰ ਸਬਜ਼ੀਆਂ ਵਾਸਤੇ ਬਹੁਤ ਹੀ ਹਾਨੀਕਾਰਕ ਹੈ। ਇਸ ਕਰਕੇ ਸਰਕਾਰਾਂ ਅੱਗੇ ਬੇਨਤੀ ਹੈ ਵੀ ਉਹ ਸਾਰੇ ਹੀ ਕਿਸਾਨਾਂ ਨੂੰ ਮਿਲਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ, ਕਿੰਨਾ ਕੁ ਫਰਕ ਪਿਆ ਜਿਹੜਾ ਹੈਗਾ ਸਬਜ਼ੀ 'ਚ? ਸਬਜ਼ੀ ਦਾ ਬਹੁਤ ਫਰਕ ਪੈ ਰਿਹਾ ਜੀ, ਇਹ ਕੋਰੇ ਮਾਰੀ ਕਰਕੇ ਨਾ ਸਬਜ਼ੀ ਘੱਟ ਲੱਗ ਰਹੀ ਹੈ, ਧੁੱਪ ਨਿਕਲੋ ਤਾਂ ਸਬਜ਼ੀ ਵੀ ਲੱਗੇ, ਮੈਗੀ ਦੇ ਕਾਰਨ ਤਾਂ ਹੀ ਹੈ ਜੀ ਇਹ। ਪਹਿਲਾਂ ਜਿਵੇਂ 10 ਰੁਪਏ ਗੋਭੀ ਤੇ ਹੁਣ ਕੀ ਫਰਕ ਆ? ਹੁਣ ਗੋਭੀ ਮੰਡੀ 30-35 ਰੁਪਏ ਕਿਲੋ ਗੋਭੀ ਮੰਡੀ ਦਾ ਰੇਟ ਆ ਜੀ, ਉਸੀ ਅਸੀਂ ਉਹਦੇ 40 ਵੇਚ ਰਹੇ ਹਾਂ। ਅੱਛਾ, ਜਿਵੇਂ ਪਹਿਲਾਂ ਹੈਗਾ ਸੀ ਟਮਾਟਰ ਵੀ ਬਹੁਤ ਮਹਿੰਗਾ ਹੋ ਗਿਆ ਜੀ, ਪਿੱਛੋਂ ਫਸਲ ਖਰਾਬ ਹੋ ਗਈ, ਉਹਦੇ ਕਰਕੇ ਮਹਿੰਗੀ ਹੈ, ਕੋਰੇ ਪੈ ਰਹੇ ਉਹਦੇ ਕਰਕੇ ਜੀ। ਸਾਰੀ ਸਬਜ਼ੀਆਂ 'ਚ ਤਕਰੀਬਨ 20-20 ਰੁਪਏ ਦਾ ਇਜਾਫਾ ਹੋ ਗਿਆ? ਬਹੁਤ ਫਰਕ ਹੈ ਜੀ ਰੇਟ ਦਾ, ਦੁੱਧ ਦਾ ਰੇਟ ਦਾ ਫਰਕ ਪੈ ਗਿਆ ਜੀ। ਤੁਹਾਡੇ ਨਾਲ ਕਸਟਮਰ ਵੀ ਆ ਕੇ ਬੋਲਦਾ ਹੋਊ? ਹਾਂਜੀ ਹਾਂ, ਬਹੁਤ ਕਸਟਮਰ ਦਾ ਕਹਿਣਾ ਹੀ ਹੈ, ਫਿਰ ਮਹਿੰਗੀ ਸਬਜ਼ੀ ਦਿੰਦੇ ਹੋ ਤੁਸੀਂ? ਕਸਟਮਰ ਤਾਂ ਮਹਿੰਗੀ ਕਰਕੇ, ਫਿਰ ਸਬਜ਼ੀ ਉੱਠਦੀ ਨਹੀਂ, ਖਰਾਬ ਹੋ ਜਾਂਦੀ ਹੈ ਵਿੱਚੋਂ ਜੀ, ਫੁੱਲ ਗੋਭੀ ਤਾਂ ਫੁੱਲ ਨਹੀਂ ਬਣਦਾ ਗਾ, ਆ ਮੇਥੀ ਮੁੱਥੀ ਤਾਂ ਹੀ ਖਰਾਬ ਹੋ ਜਾਂਦੀ ਹੈ ਜੀ, ਫਿਰ ਮਟਰ ਵੀ ਲਾਗ ਲੱਗ ਜਾਂਦੀ ਹੈ, ਮਟਰ ਨੂੰ ਵੀ ਟਮਾਟਰ ਵੀ ਬੇਲਾਂ ਖਰਾਬ ਹੋ ਜਾਂਦੀਆਂ ਨੇ, ਮਟਰ ਟਮਾਟਰ ਦੀਆਂ ਥੱਲੇ ਧਰਤੀ ਸਬਜ਼ੀ ਹੋਰ ਮਹਿੰਗੀ ਕਾਰਨ ਨਹੀਂ ਹੈ, ਕੁਛ ਲੱਗਣ ਦਾ ਕਾਰਨ ਘੱਟ ਹੁੰਦਾ ਜੀ ਸਬਜ਼ੀ ਤਾਂ ਮਹਿੰਗੀ ਹੁੰਦੀ ਹੈ ਜੀ। ਗਾਹਕ ਤਾਂ ਕਹਿੰਦਾ ਜੀ ਆਮ ਆਦਮੀ ਦਾ ਬੱਚਤ ਔਖਾ ਹੀ ਲੱਗਦਾ, ਕਹਿੰਦੇ ਦਾ ਥੋੜ੍ਹੀ ਜਿਹੀ ਮਹਿੰਗੀ ਹੋ ਗਈ ਸਬਜ਼ੀ, ਪਰ ਮੌਸਮ ਦੇ ਅਨੁਸਾਰ ਜਿਹੜੀ ਠੰਡ ਪੈ ਰਹੀ ਹੈ ਕੜਾਕੇ ਦੀ, ਲੇਬਰ ਨਾ ਮਿਲਣ ਕਾਰਨ 5-10% ਸਬਜ਼ੀ ਤੇਜ਼ ਹੋ ਜਾਂਦੀ ਹੈ। ਇਹ ਗਾਹਕ ਤਾਂ ਕਹਿੰਦਾ ਹੀ ਹੁੰਦਾ, ਅਗਰ ਥੋੜ੍ਹੀ ਜਿਹੀ ਮਹਿੰਗੀ ਲੱਗੀ ਅਗਲਾ ਕਹਿੰਦਾ ਹੀ ਹੁੰਦਾ ਵੀ ਕੱਲ੍ਹ ਨੂੰ ਅਸੀਂ ਇਸ ਰੇਟ ਲੈ ਕੇ, ਅੱਜ ਇਸ ਰੇਟ ਹੈ, ਗਾਹਕ ਤਾਂ ਕਹੂਗਾ ਜੀ। ਮੇਨ ਇਹੀ ਹੈ, ਠੰਡ ਕੜਾਕੇ ਦੀ ਪੈ ਰਹੀ ਹੈ, ਉਹਦੇ ਕਾਰਨ ਕੋਰੇ ਕਾਰਨ ਸਬਜ਼ੀ ਮਾੜੀ ਜਿਹੀ ਫਸਲਾਂ ਖਰਾਬ ਹੋ ਜਾਂਦੀਆਂ ਨੇ।